ਹਾਂਜੀ ਸਤਿ ਸ਼੍ਰੀ ਅਕਾਲ ਜੀ, ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਸੂਬੇ ਪੰਜਾਬ ਦੀਆਂ ਦੁਪਹਿਰ ਵੇਲੇ ਦੀਆਂ ਖਾਸ ਖਬਰਾਂ ਦਾ ਬੁਲਟਨ ਲੈ ਕੇ ਹਾਜ਼ਰ ਹਾਂ ਜੀ। ਇਸ ਵੀਡੀਓ ਦੇ ਵਿੱਚ ਆਪਾਂ ਸੂਬੇ ਪੰਜਾਬ ਦੀਆਂ ਦੁਪਹਿਰ ਵੇਲੇ ਦੀਆਂ ਖਬਰਾਂ ਦੇ ਬਾਰੇ ਵਿਚਾਰ ਚਰਚਾ ਕਰਾਂਗੇ। ਪੇਸ਼ ਕਰਦੇ ਹਾਂ ਜੀ ਪਹਿਲੋਂ ਹੈੱਡਲਾਈਨ, ਉਸ ਤੋਂ ਬਾਅਦ ਵਿਸਥਾਰ ਦੇ ਨਾਲ ਸਮਾਚਾਰ। ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਹਾਲੇ ਤੱਕ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੀ ਲਾਲ ਰੰਗ ਦਾ ਸਬਸਕ੍ਰਾਈਬ ਵਾਲਾ ਬਟਨ ਅੱਪ ਕੇ ਸਬਸਕ੍ਰਾਈਬ ਕਰ ਦਿਉ ਅਤੇ ਨਾਲ ਹੀ ਘੰਟੀ ਵਾਲਾ ਬਟਨ ਅੱਪ ਕੇ ਨੋਟੀਫਿਕੇਸ਼ਨ ਔਨ ਕਰ ਦਿਉ ਜੀ, ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਸੂਚਨਾ ਸਭ ਤੋਂ ਪਹਿਲਾਂ ਮਿਲ ਸਕੇ। ਸੋ ਨਜ਼ਰ ਮਾਰਦੇ ਹਾਂ ਜੀ ਪਹਿਲਾਂ ਹੈੱਡਲਾਈਨਸ ਯਾਨੀ ਕਿ ਮੁੱਖ ਸਮਾਚਾਰ, ਫਿਰ ਆਪਾਂ ਕਰਾਂਗੇ ਇਹਨਾਂ ਖਬਰਾਂ ਦਾ ਵਿਸਥਾਰ ਅਤੇ ਨਾਲ ਕੁਝ ਹੋਰ ਖਬਰਾਂ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਖਾਲਸਾ ਪੰਥ ਦੇ ਸਿਰਜਣਾ ਦਿਵਸ ਵਿਸਾਖੀ ਮੌਕੇ ਦਿੱਤੀ ਵਧਾਈ। ਲੁਧਿਆਣਾ ਦੇ ACP ਦਾ ਕੋਰੋਨਾ ਵਾਇਰਸ ਟੈਸਟ ਆਇਆ ਪਾਜ਼ਿਟਿਵ। ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਸਾਦੇ ਢੰਗ ਨਾਲ ਚੱਲ ਰਿਹਾ ਵਿਸਾਖੀ ਦਾ ਸਮਾਗਮ। ਰਾਜਪਾਲ VP ਸਿੰਘ ਬਦਨੌਰ ਨੇ ASI ਦਾ ਸਫਲ ਆਪਰੇਸ਼ਨ ਕਰਨ ਵਾਲੇ ਡਾਕਟਰਾਂ ਅਤੇ ਸਟਾਫ ਦਾ ਕੀਤਾ ਧੰਨਵਾਦ। ਕੈਨੇਡਾ ਤੋਂ ਆਪਣੇ 2 ਬੱਚਿਆਂ ਦੇ ਨਾਲ 12 ਮਾਰਚ ਨੂੰ ਦਿੱਲੀ ਹਵਾਈ ਅੱਡੇ ਪਹੁੰਚੀ ਔਰਤ ਲਾਪਤਾ। ਸਾਬਕਾ ਕੇਂਦਰੀ ਮੰਤਰੀ MV ਰਾਜਾ ਸ਼ੇਖਰਨ ਦਾ ਦੇਹਾਂਤ। ਨਿੱਜੀ ਯੂਨੀਵਰਸਿਟੀ ਦੇ ਹੋਸਟਲ 'ਚ ਫਸੇ 134 ਭੂਟਾਨੀ ਵਿਦਿਆਰਥੀਆਂ ਨੂੰ ਮਿਲੀ ਜਾਣ ਦੀ ਇਜਾਜ਼ਤ। ਅਤੇ ਵਿਸਾਖੀ ਮੌਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੀਆਂ ਸੰਗਤਾਂ। ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਨਿਭਾਈ ਗਈ ਨਿਸ਼ਾਨ ਸਾਹਿਬ ਦੇ ਚੋਲੇ ਦੀ ਰਸਮ। ਅਤੇ ਨਵਜੋਤ ਸਿੱਧੂ ਨੇ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਨੂੰ ਦਿੱਤੀਆਂ PPE ਕਿੱਟਾਂ। ਕਰਫਿਊ ਦੀ ਉਲੰਘਣਾ ਕਰਨ 'ਤੇ ਸਾਬਕਾ ਸਰਪੰਚ ਦੇ ਸਮੇਤ 3 ਦਰਜਨ ਤੋਂ ਵੱਧ ਖਿਲਾਫ਼ ਮਾਮਲਾ ਦਰਜ। ਉਤਪਾਦ 'ਚੋਂ ਕਟੌਤੀ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 'ਚੋਂ 2% ਤੋਂ ਵੱਧ ਵਾਧਾ। ਅਮੈਰੀਕਾ 'ਚੋਂ ਪਿਛਲੇ 24 ਘੰਟਿਆਂ ਦੌਰਾਨ 1514 ਮੌਤਾਂ। ਸੋਲਵੈਟ ਪਲਾਟ 'ਚੋਂ ਲੱਗੀ ਅੱਗ, ਕਰੋੜਾਂ ਦਾ ਨੁਕਸਾਨ ਹੋਣ ਦਾ ਖਦਸ਼ਾ। ਲੁਧਿਆਣਾ ਦੇ ACP ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਉਣ 'ਤੇ ਕਈ SHO ਹੋਏ ਹੋਮ ਕੁਆਰੰਟਾਈਨ। ਮੋਹਾਲੀ ਤੋਂ ਬਾਅਦ ਹੁਣ ਜਲੰਧਰ 'ਚੋਂ ਵੀ ਕੋਰੋਨਾ ਦਾ ਕਹਿਰ। ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਇਸ ਖਬਰ ਦੇ ਵਿੱਚ ਤਾਜ਼ਾ ਹਾਲਾਤ ਦੱਸਾਂਗੇ। ਕਰਫਿਊ ਦੌਰਾਨ ਔਰਤ ਨੂੰ ਸਮੇਂ ਸਿਰ ਨਹੀਂ ਮਿਲੀ ਡਾਕਟਰੀ ਸਹਾਇਤਾ, ਹੋਈ ਮੌਤ। ਅਤੇ ਉਸ ਤੋਂ ਬਾਅਦ ਜੀ COVID-19 ਦੇ ਮੱਦੇਨਜ਼ਰ ਮੁਨਾਫਾਖੋਰੀ ਰੋਕਣ ਦੇ ਲਈ ਜਲੰਧਰ ਦੇ DC ਨੇ ਲਿਆ ਅਹਿਮ ਫੈਸਲਾ। ਪੁਲਿਸ 'ਤੇ ਹਮਲਾ ਕਰਨ ਵਾਲੇ ਨਿਹੰਗ ਬਾਰੇ ਖੁਲਾਸਾ, ਲੋਕ ਚਾਹੁੰਦੇ ਸੀ ਐਨਕਾਊਂਟਰ। ਸਵੇਰੇ ਤਰੇਲ 'ਚੋਂ ਸਿੱਲੀ ਫਸਲ 'ਤੇ ਕੰਬਾਈਨ ਚਲਾਉਣ ਨਾਲ ਹੋ ਸਕਦਾ ਹਾਦਸਾ। ਸੋ ਦੋਸਤੋ, ਇਹ ਸਨ ਜੀ ਸੂਬੇ ਪੰਜਾਬ ਦੀਆਂ ਹੈੱਡਲਾਈਨਸ। ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਤੇ ਕੁਝ ਹੋਰ ਖਾਸ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਤੁਹਾਨੂੰ ਰਿਕੁਐਸਟ ਹੈ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇ ਤੱਕ ਜ਼ਰੂਰ ਦੇਖਿਓ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਭਰ ਦੇ ਲੋਕਾਂ ਨੂੰ ਮੋਬਾਈਲ ਫੋਨ ਰਾਹੀਂ ਖਾਲਸਾ ਪੰਥ ਦੇ ਸਿਰਜਣਾ ਦਿਵਸ ਵਿਸਾਖੀ ਮੌਕੇ ਵਧਾਈ ਦਿੱਤੀ ਅਤੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਘਰਾਂ ਦੇ ਵਿੱਚ ਰਹਿ ਕੇ ਵਿਸਾਖੀ ਦਾ ਦਿਹਾੜਾ ਮਨਾਇਆ ਜਾਵੇ ਅਤੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਤੰਦਰੁਸਤੀ ਦੇ ਲਈ ਅਰਦਾਸ ਵੀ ਕਰਨ ਦੀ ਵੀ ਸੰਗਤਾਂ ਨੂੰ ਅਪੀਲ ਕੀਤੀ। ਲੁਧਿਆਣਾ ਦੇ ACP ਅਨਿਲ ਕੋਹਲੀ ਦਾ ਕੋਰੋਨਾ ਵਾਇਰਸ ਟੈਸਟ ਪੋਜ਼ਿਟਿਵ ਆਇਆ ਅਤੇ ਪਿਛਲੇ ਕੁਝ ਦਿਨਾਂ ਤੋਂ ਕੋਹਲੀ ਅਪੋਲੋ ਹਸਪਤਾਲ ਦੇ ਵਿੱਚ ਜੇਰੇ ਇਲਾਜ ਸਨ। ਉਹਨਾਂ ਦਾ ਪਹਿਲਾ ਟੈਸਟ ਨੈਗੇਟਿਵ ਆਇਆ ਸੀ ਜਦਕਿ ਉਹਨਾਂ ਦਾ ਦੂਜਾ ਟੈਸਟ ਪੋਜ਼ਿਟਿਵ ਆਇਆ ਅਤੇ ਉਹਨਾਂ ਨੂੰ ਖੰਘ,
ਸਾਹ ਲੈਣ ਦੇ ਵਿੱਚ ਤਕਲੀਫ ਅਤੇ ਬੁਖਾਰ ਦੀਆਂ ਸ਼ਿਕਾਇਤਾਂ ਦੇ ਕਰਕੇ ਹਸਪਤਾਲ 'ਚੋਂ ਦਾਖਲ ਕਰਵਾਇਆ ਗਿਆ ਸੀਗਾ ਅਤੇ ਕੋਹਲੀ ਦੇ ਟੈਸਟ ਪੋਜ਼ਿਟਿਵ ਆਉਣ ਤੋਂ ਬਾਅਦ ਉਹਨਾਂ ਦੇ ਸਟਾਫ, ਅੰਗ ਰੱਖਿਅਕ ਅਤੇ ਪਰਿਵਾਰ ਮੈਂਬਰਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਵਿਖੇ ਸਾਦੇ ਢੰਗ ਦੇ ਨਾਲ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਸਮਾਗਮ ਜਿਹੜੇ ਮਨਾਏ ਜਾ ਰਹੇ ਹਨ ਅਤੇ ਅੱਜ ਸਭ ਤੋਂ ਪਹਿਲਾਂ ਬੀਤੇ ਦਿਨਾਂ ਤੋਂ ਰਖਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਗੁਰਮਤਿ ਸਮਾਗਮ 12 ਤੋਂ 3 ਵਜੇ ਤੱਕ ਹੋਣਗੇ, ਜਿਨ੍ਹਾਂ ਦਾ ਸਿੱਧਾ ਪ੍ਰਸਾਰਣ ਵੱਖ-ਵੱਖ ਚੈਨਲਾਂ 'ਤੇ ਹੋਵੇਗਾ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਇੱਥੋਂ ਹੀ ਕੌਮ ਦੇ ਨਾਂ 'ਤੇ ਸੰਦੇਸ਼ ਜਾਰੀ ਕਰਨਗੇ। ਰਾਜਪਾਲ VP ਸਿੰਘ ਬਦਨੌਰ ਦੇ ASI ਦਾ ਸਫਲ ਆਪਰੇਸ਼ਨ ਕਰਨ ਵਾਲੇ ਡਾਕਟਰ ਅਤੇ ਸਟਾਫ ਦਾ ਕੀਤਾ ਧੰਨਵਾਦ ਅਤੇ ਉਹਨਾਂ ਨੇ ਸੰਜੋਗੀ ਸਟਾਫ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਅਤੇ ਜਿਨ੍ਹਾਂ ਨੇ ASI ਦੀ ਬਾਂਹ ਦੇ ਨਾਲੋਂ ਵੱਡੇ ਹੱਥ ਦੀ ਸਰਜਰੀ ਕੀਤੀ ਅਤੇ ਨਾਲ ਹੀ ਉਹਨਾਂ ਦੇ ਵੱਲੋਂ ਹਰਜੀਤ ਸਿੰਘ ਦੀ ਜਲਦੀ ਸਿਹਤਯਾਬੀ ਦੇ ਲਈ ਕਾਮਨਾ ਵੀ ਕੀਤੀ ਗਈ। ਪੰਡਿਆਲਾ ਗੁਰੂ ਸ਼ਹਿਰ ਦੇ ਇੱਕ ਪਰਿਵਾਰ ਨਾਲ ਸੰਬੰਧਿਤ ਇੱਕ ਔਰਤ ਆਪਣੇ ਦੋ ਬੱਚਿਆਂ ਦੇ ਸਮੇਤ 12 ਮਾਰਚ ਨੂੰ ਕੈਨੇਡਾ ਤੋਂ ਦਿੱਲੀ ਹਵਾਈ ਅੱਡੇ ਪਹੁੰਚੀ ਸੀ, ਪਰੰਤੂ ਉਸ ਤੋਂ ਬਾਅਦ ਉਸ ਦੇ ਬਾਰੇ ਹੁਣ ਤੱਕ ਕੋਈ ਵੀ ਪਤਾ ਨਹੀਂ ਲੱਗ ਰਿਹਾ। ਇਸ ਸੰਬੰਧੀ ਲਾਪਤਾ ਹੋਈ ਔਰਤ ਕਮਲਜੀਤ ਕੌਰ ਦੀ ਸੱਸ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੀ ਨੂੰਹ ਕਮਲਜੀਤ ਕੌਰ ਆਪਣੇ ਦੋ ਬੱਚਿਆਂ ਦੇ ਨਾਲ 12 ਮਾਰਚ ਨੂੰ ਕੈਨੇਡਾ ਤੋਂ ਵਾਪਸ ਆ ਕੇ ਦਿੱਲੀ ਹਵਾਈ ਅੱਡੇ 'ਤੇ ਉਤਰੀ, ਪਰੰਤੂ ਉਸ ਤੋਂ ਬਾਅਦ ਉਸ ਦੇ ਬਾਰੇ ਹੁਣ ਤੱਕ ਕੁਝ ਵੀ ਨਹੀਂ ਪਤਾ ਲੱਗ ਰਿਹਾ। ਉਹਨਾਂ ਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ। ਉੱਧਰੋਂ ਜਦੋਂ ਇਸ ਸੰਬੰਧੀ DSP ਜੰਡਿਆਲਾ ਗੁਰੂ ਗੁਰਵਿੰਦਰ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਲਾਪਤਾ ਹੋਈ ਔਰਤ ਕਮਲਜੀਤ ਕੌਰ ਦੀਆਂ ਕਾਲ ਡਿਟੇਲਾਂ ਕਢਵਾਈਆਂ ਗਈਆਂ ਹਨ ਅਤੇ ਇਸ ਸੰਬੰਧੀ ਦਿੱਲੀ ਹਵਾਈ ਅੱਡੇ ਦੇ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਇਸ ਸੰਬੰਧੀ ਰਿਪੋਰਟ ਦਰਜ ਕਰਕੇ ਪੁਲਿਸ ਥਾਣਿਆਂ ਨੂੰ ਇਸ਼ਤਿਹਾਰ ਸ਼ੋਰ ਵਗੈਰਾ ਵੀ ਜਾਰੀ ਕਰ ਦਿੱਤਾ ਅਤੇ ਭਾਲ ਜਾਰੀ ਹੈ। ਪੁਲਿਸ 'ਤੇ ਹਮਲਾ ਕਰਨ ਵਾਲਿਆਂ ਦਾ ਨਿਹੰਗ ਸਿੰਘ ਦਲਾਂ ਦੇ ਨਾਲ ਕੋਈ ਸੰਬੰਧ ਨਹੀਂ। ਬਾਬਾ ਬਲਵੀਰ ਸਿੰਘ ਇਹ ਅਖੌਤੀ ਲੋਕ ਦੀ ਕਾਰਵਾਈ ਸਮੁੱਚੇ ਨਿਹੰਗ ਸਿੰਘਾਂ ਦਾ ਅਕਸ ਖਰਾਬ ਕੀਤਾ ਹੈ। ਪੁਲਿਸ ਸਖ਼ਤ ਕਾਨੂੰਨੀ ਕਾਰਵਾਈ ਕਰੇ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖ਼ਤ ਦੇ ਮੁਖੀ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ 96 ਕਰੋੜੀ, ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨਾਲ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾ, ਬਾਬਾ ਗੱਜਣ ਸਿੰਘ, ਬਾਬਾ ਬਕਾਲਾ ਨੇ ਸਬਜ਼ ਮੰਡੀ ਪਟਿਆਲਾ ਦੇ ਵਿਖੇ ਦੇਸ਼ ਵਿਰੋਧੀ ਬਦਮਾਸ਼ਾਂ, ਨਕਲੀਏ ਬਹਿਰੂਪੀਏ ਬਿਰਤੀ ਵਾਲੇ ਲੋਕਾਂ ਦੇ ਵੱਲੋਂ ਪੁਲਿਸ ਅਧਿਕਾਰੀ ਅਤੇ ਮੰਡੀ ਬੋਰਡ ਦੇ ਮੁਲਾਜ਼ਮਾਂ ਦੇ ਉੱਪਰ ਕੀਤੇ ਜਾਣ ਵਾਲੇ ਦੁੱਖਦਾਈ, ਅਫਸੋਸ ਜਨਤਕ ਅਤੇ ਮੰਗ ਭਾਗੀ ਘਟਨਾ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਆ। ਨਿਹੰਗ ਮੁਖੀ ਬਾਬਾ ਬਲਵੀਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਹਮਲੇ ਕਰਨ ਵਾਲੇ ਨਿਹੰਗ ਸਿੰਘ ਹੋ ਹੀ ਨਹੀਂ ਸਕਦੇ ਅਤੇ ਨਿਹੰਗ ਸਿੰਘ ਅਕਾਲ ਪੁਰਖ ਦਾ ਸਾਜਿਆ ਹੋਇਆ ਖਾਲਸਾ ਅਤੇ ਕਿਸੇ ਦੇ ਅਣ ਆਏ ਹਮਲੇ ਬਾਰੇ ਸੋਚ ਵੀ ਨਹੀਂ ਸਕਦਾ ਅਤੇ ਇਸ ਔਖੀ ਘੜੀ ਦੇ ਵਿੱਚ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਲੋੜ ਆ। ਹਰੇਕ ਨੂੰ ਸਰਕਾਰੀ ਹਦਾਇਤਾਂ ਦਾ ਪਾਬੰਦ ਹੋਣਾ ਚਾਹੀਦਾ ਹੈ। ਸੋ ਜੇ ਗੱਲ ਕਰੀਏ ਜੀ ਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੁਣ ਤੱਕ 9,000 ਤੋਂ ਵੀ ਪਾਰ ਹੋ ਚੁੱਕੀ ਹੈ ਅਤੇ 300 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਦੇਸ਼ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 705 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਪੂਰੇ ਦੇਸ਼ ਦੇ ਵਿੱਚ ਹੁਣ ਤੱਕ 90 ਸਿਹਤ ਮੁਲਾਜ਼ਮ ਇਨਫੈਕਟਡ ਹੋ ਚੁੱਕੇ ਹਨ ਅਤੇ ਸੂਤਰਾਂ ਅਨੁਸਾਰ ਇਹਨਾਂ 90 ਮੈਡੀਕਲ ਕਰਮੀਆਂ ਦੇ ਵਿੱਚ ਕੋਵਿਡ-19 ਰੋਗੀਆਂ ਦਾ ਇਲਾਜ ਕਰਨ ਵਾਲੇ ਮੈਡੀਕਲ ਕਰਮੀਆਂ ਤੋਂ ਇਲਾਵਾ ਵਿਦੇਸ਼ ਯਾਤਰਾ ਤੋਂ ਪਰਤੇ ਡਾਕਟਰ ਵੀ ਸ਼ਾਮਲ ਹਨ। ਅਤੇ ਜੇ ਗੱਲ ਕਰੀਏ ਜੀ ਅਗਲੀ ਖਬਰ ਦੀ ਤਾਂ ਅਗਲੀ ਖਬਰ ਆ ਰਹੀ ਆ ਪਟਿਆਲਾ ਦੇ ਵਿਖੇ ਪੁਲਿਸ ਮੁਲਾਜ਼ਮ 'ਤੇ ਹੋਏ ਹਮਲੇ ਸੰਬੰਧੀ ਹੋਇਆ ਸਨਸਨੀ ਖੁਲਾਸਾ। ਸੋ ਪਟਿਆਲਾ ਦੀ ਸਬਜ਼ ਮੰਡੀ ਵਿਖੇ ਐਤਵਾਰ ਸਵੇਰੇ ਗੁਰਦੁਆਰਾ ਖਿਚੜੀ ਸਾਹਿਬ ਲਬੇੜਾਂ ਦੇ ਨਿਹੰਗਾਂ ਨੇ ਕਰਫਿਊ ਪਾਸ ਪੁੱਛਣ 'ਤੇ ਹਮਲਾ ਕਰਨ ਦੇ ਨਾਲ ਬਵਾਲ ਮੱਚ ਗਿਆ। ਮਿਲੀ ਜਾਣਕਾਰੀ ਅਨੁਸਾਰ
ਮਨਦੀਪ ਸਿੰਘ ਸਿੱਧੂ ਸਵੇਰੇ 8:15 ਮੌਕੇ 'ਤੇ ਪਹੁੰਚ ਗਏ। ਸਭ ਤੋਂ ਪਹਿਲਾਂ ਉਹਨਾਂ ਨੇ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਬੁੱਢਾ ਦਲ ਦੇ ਨਿਹੰਗ ਮੁਖੀ ਬਾਬਾ ਬਲਵੀਰ ਸਿੰਘ ਨੂੰ ਵੀ ਭਰੋਸੇ ਦੇ ਵਿੱਚ ਲੈ ਲਿਆ। ਦੋਵਾਂ ਦੀ ਮਨਜ਼ੂਰੀ ਤੋਂ ਬਾਅਦ SOG ਬੁਲਾਈ ਅਤੇ 9:30 SOG ਪਹੁੰਚ ਗਈ। SSP ਨੇ ਪਿੰਡ ਦੇ ਪੰਚਾਂ ਸਰਪੰਚਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਵੀ ਸਮਝੌਤੇ ਦੇ ਵਿੱਚ ਅੱਗੇ ਲਿਆਏ, ਪਰ ਬਾਅਦ ਦੇ ਵਿੱਚ ਉਹਨਾਂ ਦੀ ਇੱਕ ਵੀ ਗੱਲ ਨਹੀਂ ਸੁਣੀ ਅਤੇ ਇਸ ਤੋਂ ਬਾਅਦ ਕਾਰਵਾਈ ਦਾ ਪਲਾਨ ਤਿਆਰ ਹੋ ਗਿਆ। ਪੁਲਿਸ ਦੇ ਮੁਤਾਬਕ SSP ਗੁਰਦੁਆਰੇ ਕੋਲ ਬਣੇ ਅਕਾਲ ਅਕੈਡਮੀ ਸਕੂਲ ਦੀ ਛੱਤ 'ਤੇ ਚੜ੍ਹ ਗਿਆ ਅਤੇ ਉੱਥੇ ਲਾਊਡ ਸਪੀਕਰ ਦੇ ਨਾਲ ਗੁਰਦੁਆਰੇ ਦੇ ਅੰਦਰ ਬੈਠੇ ਮੁਖੀ ਬਾਬਾ ਬਲਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਬਾਬੇ ਨੇ ਕਈ ਵਾਰ SSP ਨੂੰ ਗਾਲਾਂ ਕੱਢੀਆਂ, ਪਰ ਉਹ ਬੜੇ ਹੌਂਸਲੇ ਦੇ ਨਾਲ ਸਾਰਾ ਕੁਝ ਸਹਿੰਦੇ ਰਹੇ। ਦੂਜੇ ਪਾਸੇ SSP ਲਗਭਗ 32 ਮਿੰਟ ਤੱਕ ਬਾਬੇ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾਉਂਦੇ ਰਹੇ ਅਤੇ ਦੂਜੇ ਪਾਸੇ SGO ਦੇ 21 ਕਮਾਂਡੋ ਅਤੇ ਪੁਲਿਸ ਮੁਲਾਜ਼ਮਾਂ ਨੇ ਗੁਰਦੁਆਰੇ ਨੂੰ ਪਿੱਛੋਂ ਤੋਂ ਘੇਰ ਕੇ ਅੰਦਰ ਚਲੇ ਗਿਆ ਅਤੇ ਨਿਹੰਗਾਂ ਦੇ ਨਾਲ ਮੁਕਾਬਲੇ ਤੋਂ ਬਾਅਦ ਉਹਨਾਂ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਕਸਬਾ ਬਲਬੇੜਾ ਵਿਖੇ ਜਿਸ ਥਾਂ 'ਤੇ ਅਖੌਤੀ ਨਿਹੰਗਾਂ ਨੇ ਡੇਰਾ ਬਣਾਇਆ ਹੈ, ਇੱਥੇ ਕਿਸੇ ਸਮੇਂ ਸਿੱਖਾਂ ਦੇ 9ਵੇਂ ਗੁਰੂ ਤੇਗ ਬਹਾਦਰ ਸਾਹਿਬ ਆਏ ਸਨ ਅਤੇ 25 ਸਾਲ ਪਹਿਲਾਂ ਬਾਬਾ ਬਲਵਿੰਦਰ ਸਿੰਘ ਇੱਥੇ ਆਏ ਅਤੇ ਸੇਵਾ ਸੰਭਾਲ ਲਈ। ਲੋਕਾਂ ਨੇ ਇਸ ਦਾ ਬਹੁਤ ਵਿਰੋਧ ਕੀਤਾ, ਪਰ ਉਸ ਥਾਂ 'ਤੇ ਨਿੱਜੀ ਧਾਰਮਿਕ ਡੇਰੇ ਦੇ ਵਿੱਚ ਤਬਦੀਲ ਕਰ ਦਿੱਤਾ। ਲੋਕਲ ਪੁਲਿਸ ਵੀ ਅਖੌਤੀ ਬਾਬੇ ਦੀ ਗੁੰਡਾਗਰਦੀ ਤੋਂ ਡਰਦੀ ਸੀ। ਲੋਕਾਂ ਨੂੰ ਪਰੇਸ਼ਾਨ ਕਰਨ ਅਤੇ 3 ਪਰਚੇ ਦਰਜ ਹੋਣ ਦੇ ਬਾਅਦ ਇਸ ਨੂੰ ਪੁਲਿਸ ਨੇ ਹੱਥ ਨਹੀਂ ਪਾ ਸਕੀ। ਇਸ ਕਾਰਨ ਹੀ ਇਹਨਾਂ ਥਾਣੇਦਾਰ ਦਾ ਹੱਥ ਵੱਢ ਦਿੱਤਾ ਅਤੇ ਡੇਰੇ ਦੇ ਵਿੱਚ ਲੋਕ ਗਏ। ਅਸਲ ਦੇ ਵਿੱਚ ਇਲਾਕੇ ਦੇ ਲੋਕ ਵੀ ਚਾਹੁੰਦੇ ਸਨ ਕਿ ਇਹਨਾਂ ਦਾ ਖਾਤਮਾ ਹੋ ਜਾਵੇ, ਪਰ ਪੁਲਿਸ ਨੇ ਬਹੁਤ ਸਮਝਦਾਰੀ ਨਾਲ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਨਿੱਜੀ ਯੂਨੀਵਰਸਿਟੀ ਦੀ ਕੋਰੋਨਾ ਪਾਜ਼ੀਟਿਵ ਵਿਦਿਆਰਥਣ ਦੇ ਬਾਰੇ ਵੱਡਾ ਖੁਲਾਸਾ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ। ਸ਼ਨੀਵਾਰ ਨੂੰ ਇੱਕ ਨਿੱਜੀ ਯੂਨੀਵਰਸਿਟੀ 'ਚ ਰਹਿ ਰਹੀ ਮੁੰਬਈ ਦੀ ਵਿਦਿਆਰਥਣ ਦੇ ਕੋਰੋਨਾ ਦੇ ਟੈਸਟ ਪਾਜ਼ੀਟਿਵ ਆਉਣ ਕਾਰਨ ਜਿੱਥੇ ਲੋਕਾਂ 'ਚ ਭਾਰੀ ਚਿੰਤਾ ਪਾਈ ਜਾ ਰਹੀ ਹੈ, ਉੱਥੇ ਇਹ ਨਾਲ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਅਤੇ ਕੰਮ ਕਰ ਰਿਹਾ ਹੈ। ਯੂਨੀਵਰਸਿਟੀ ਦੀ ਅੰਦਰ ਰਹਿ ਰਹੇ ਵਿਦਿਆਰਥੀਆਂ ਦੀ ਸਿਹਤ ਜਾਂਚ ਦੇ ਕਰਨ ਦੇ ਵਿੱਚ ਜੁਟਿਆ ਹੋਇਆ ਹੈ। ਵਿਦਿਆਰਥਣ ਬਾਰੇ ਹੋਏ ਖੁਲਾਸਿਆਂ ਦੌਰਾਨ ਪਤਾ ਲੱਗਾ ਕਿ ਪਾਜ਼ੀਟਿਵ ਵਿਦਿਆਰਥਣ ਕਰੀਬ 250 ਲੋਕਾਂ ਦੇ ਸੰਪਰਕ 'ਚ ਰਹਿ ਚੁੱਕੀ ਆ ਅਤੇ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਦੱਸਿਆ ਕਿ ਲੜਕੀ ਦੇ ਨਾਲ ਸੰਪਰਕ ਕਰਨ ਤੋਂ ਬਾਅਦ ਸਿਹਤ ਵਿਭਾਗ ਨੇ ਨੇੜਲੇ ਲੋਕਾਂ ਦੀ ਵੀ ਜਾਂਚ ਕੀਤੀ ਆ, ਜਿਸ ਦੌਰਾਨ 27 ਮੈਂਬਰਾਂ ਦੀ ਪਹਿਚਾਣ ਹੋ ਗਈ। ਉਹਨਾਂ ਨੇ ਕਿਹਾ ਇਹਨਾਂ ਸਭ ਦੇ ਟੈਸਟ ਲਏ ਜਾਂਦੇ ਹਨ ਅਤੇ ਇਸ ਤੋਂ ਬਾਅਦ ਹੀ ਸਿਹਤ ਵਿਭਾਗ ਨੇ 5 ਵਿਦਿਆਰਥੀਆਂ ਨੂੰ ਖਾਂਸੀ ਜ਼ੁਕਾਮ ਉੱਤੇ ਸ਼ਿਕਾਇਤ ਹੋਣ ਦੇ ਕਾਰਨ ਸਿਵਲ ਹਸਪਤਾਲ ਲਿਆਂਦਾ, ਜਿੱਥੇ ਉਹਨਾਂ ਦੇ ਖੂਨ ਦੇ ਟੈਸਟ ਅਤੇ ਐਕਸਰੇ ਲਏ ਗਏ। ਇੱਥੇ ਹੀ ਉਸ ਦੇ ਆਪਣਾ ਮਹਾਰਾਸ਼ਟਰ ਦੀ ਲੜਕੀ ਨੂੰ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਰਿਹਾ ਅਤੇ ਜਿਸ ਦੇ ਤਹਿਤ ਸ਼ਨੀਵਾਰ ਤੋਂ ਹੀ ਯੂਨੀਵਰਸਿਟੀ ਦੇ ਅੰਦਰ ਰਹਿ ਰਹੇ ਬੱਚਿਆਂ ਦਾ ਮੁਆਇਨੇ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ 140 ਵਿਦਿਆਰਥੀਆਂ ਦੀ ਜਾਂਚ ਕੀਤੀ, ਜਿਸ ਤੋਂ ਉਪਰੰਤ ਇਹਨਾਂ ਵਿਦਿਆਰਥੀਆਂ ਨੂੰ ਭੂਟਾਨ ਭੇਜੇ ਜਾਣ ਦੇ ਲਈ ਇੱਕ ਵਿਸ਼ੇਸ਼ ਜਹਾਜ਼ ਦਾ ਪ੍ਰਬੰਧ ਕੀਤਾ, ਜੋ ਸੋਮਵਾਰ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਉਡਾਨ ਭਰ ਕੇ ਭੂਟਾਨ ਜਾਵੇਗਾ ਅਤੇ ਇਹਨਾਂ ਵਿਦਿਆਰਥੀਆਂ ਨੂੰ ਬੱਸਾਂ ਦੇ ਰਾਹੀਂ ਅੰਮ੍ਰਿਤਸਰ ਏਅਰਪੋਰਟ ਭੇਜਿਆ ਜਾਵੇਗਾ। ਕੋਵਿਡ-19 ਦੇ ਮੱਦੇਨਜ਼ਰ ਮੁਨਾਫਾਖੋਰੀ ਰੋਕਣ ਦੇ ਲਈ ਜਲੰਧਰ ਦੇ DC ਨੇ ਲਿਆ ਅਹਿਮ ਫੈਸਲਾ। ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਡਾਕਟਰਾਂ ਦੇ ਲਈ ਜ਼ਰੂਰੀ ਦਵਾਈਆਂ ਅਤੇ ਸਰਜੀਕਲ ਆਈਟਮਾਂ ਦੇ ਸਟਾਕ 'ਤੇ ਨਜ਼ਰ ਰੱਖਣ ਦੇ ਲਈ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅਹਿਮ ਫੈਸਲਾ ਲਿਆ। ਉਹਨਾਂ ਨੇ 35 ਤਰ੍ਹਾਂ ਦੀਆਂ ਦਵਾਈਆਂ ਅਤੇ ਸਰਜੀਕਲ ਆਈਟਮਾਂ ਦੇ ਸਟਾਕ ਦੀ ਖੁਦ ਨਿਗਰਾਨੀ ਕਰਨਗੇ। DC ਨੇ ਜ਼ਿਲ੍ਹੇ ਨਾਲ ਸੰਬੰਧਿਤ ਸਮੂਹ ਸਟਾਕਿਸਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਦਵਾਈਆਂ ਅਤੇ ਸਰਜੀਕਲ ਆਈਟਮਾਂ ਦੇ ਸਟਾਕ ਦੇ ਨਾਲ ਸੰਬੰਧਿਤ ਸਮੁੱਚਾ ਰਿਕਾਰਡ ਰੋਜ਼ਾਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਹੱਈਆ ਕਰਵਾਇਆ ਜਾਵੇ ਅਤੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੋ ਦੋਸਤੋ, ਇਹ ਸਨ ਸੂਬੇ ਪੰਜਾਬ ਦੀਆਂ
ਦੁਪਹਿਰ ਵੇਲੇ ਦੀਆਂ ਖਾਸ ਅਤੇ ਆਮ ਖਬਰਾਂ ਦਾ ਬੁਲਟਨ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਬੇਲੀਆਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਉਹਨਾਂ ਨੂੰ ਵੀ ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਪਤਾ ਲੱਗ ਸਕੇ ਅਤੇ ਵੀਡੀਓ ਦੇਖਣ ਲਈ ਅਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ